ਉਹ ਨਾਰ ਤੋੜੀ ਜਾਂਦਾ ਉਹ ਮੈਂ ਦੱਸ ਦੇਣਾ ਮੈਂ ਨਾ ਨਾਰ ਤੋੜੀ ਜਾਂਦਾ ਛੇਟ ਆ ਸਾਡਾ ਹੈਦਰੀ ਯਾਰ ਆ ਐਨਕੜਾ ਜਨਮ ਅੱਜ ਕੱਲ੍ਹ ਇਹ ਤਾਂ ਕੱਚਾ ਨਾਰ ਆ ਉਹ ਮਿੱਠਾ ਹੀ ਹੋਏ ਸਾ ਜਾਮਣਾ ਤੇ ਲੱਗੀਆਂ ਲੇਕਿਨ ਕੱਚੀਆਂ ਜਾਮਣਾ ਯਾਰ ਸਾ ਡੋਕੇ ਲੱਗੇ ਤੁਹਾਨੂੰ ਮੈਂ ਡੋਕੇ ਦਿਖਾਉਂਦਾ ਇਹ ਆਹ ਲੱਗੇ ਡੋਕੇ ਗੁੱਛੇ ਲਟਕਣ ਲੱਗ ਪਏ ਆ ਹੋਰ ਕੋਈ ਇੱਕ ਡੇਢ ਦੋ ਮਹੀਨੇ ਤੱਕ ਨਾ ਆਹ ਲੈਵਲ ਦੇ ਡੋਕੇ ਹੋਏ ਨੇ ਜਾਮਣਾ ਡੋਕੇ ਅੰਨੇ ਨੂੰ ਚਾਚੇ ਨੇ ਸੱਦ ਲਿਆ ਅਤੇ ਮੈਂ ਜਰਾ ਹੁਣ ਉਹਨਾਂ ਦੀ ਵੀ ਗੱਲ ਸੁਣਿਆ ਵਾ ਉਹ ਅੰਬਾਂ ਦਾ ਬੂਟਾ ਅੰਬ ਕੋਈ ਨਹੀਂ ਲੱਗਾ ਕੋਈ ਨਹੀਂ ਲੱਗਾ ਉਹ ਕਿੱਧਰ ਗਾਇਬ ਹੋ ਗਿਆ ਅਨਾਰ ਮਿੱਠਾ ਵੈਸੇ ਮੈਨੂੰ ਲੱਗਦਾ ਅੰਬ ਉਂਬ ਤੋੜਤੇ ਇਹਨਾਂ ਨੇ ਉਹ ਲੱਗੇ ਫਿਰਦੇ ਚੱਲ ਉਹਨਾਂ ਦੀ ਵੀ ਸੋਣੀ ਲਈ ਆ ਓਕੇ ਹੋ ਗਿਆ ਡਰਾਮ ਕਿੱਥੇ ਪਿਆ ਅੱਛਾ ਉਹ ਕਮਰੇ 'ਚ ਓਕੇ ਹੋ ਗਿਆ ਸਾਫਟ ਜਿਹਨੇ ਘੁਮਾਉਣਾ ਫੜ ਕੇ ਟੂਬਲ ਓਕੇ ਹੋ ਗਿਆ ਡਰਾਮ ਚੱਕ ਲਿਆ ਯਾਰ ਅਨਾਰ ਦੀ ਬੱਸ ਖਤਮ ਹੁਣ ਘੋੜਾ ਜਿਹਾ ਹੋਣ ਲੱਗ ਪਿਆ ਇਹ ਹੁਣ ਬੀਜੀ ਆ ਉਹ ਮਰ ਗਿਆ ਚੜ ਗਿਆ ਬੰਦੇ ਚੜ ਗਿਆ ਆਹ ਸਾਡਾ ਬੇਲਣਾ ਵਾ ਜਿਹੜਾ ਚੱਲਦਾ ਹੁੰਦਾ ਸੀ ਇੱਥੇ ਨਿਕਲਦਾ ਚੀੜ ਪਲ ਹੁਣ ਯੂਨੋ ਗੰਨੇ ਹੈ ਨਹੀਂ ਹੈ ਨਾ ਲੈ ਬਾਈ ਇੰਨੇ ਨੂੰ ਕਿੱਡਾ ਤਾਲਾ ਖੜਕਾਇਆ ਡਰਮ 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 ਆਹ ਡਰਮ ਲੈ ਕੇ ਜਾਣਾ ਚੱਕੀਆਂ ਫਿਰ ਇਹਨੂੰ ਉਹ ਵੀ ਆ ਹੀ ਗਏ ਆ ਛਾਫੜ ਵੀ ਚੱਕ ਹੀ ਲਾਈ ਜਾਈਆਂ ਯਾਰ ਲੋ ਭਾਈ ਉਹ ਆਪਣਾ ਸਮਾਨ ਲੈ ਕੇ ਤਾਂ ਨਿਕਲ ਗਏ ਵੱਡੀ ਛਾਫੜ ਹੀ ਲੈ ਜਾਣੀ ਭਾਰੀ ਬਹੁਤ ਆ ਹਲਕਾ ਤਾਂ ਆ ਵੀ ਸਾਲਾ ਕੋਈ ਨਹੀਂ ਲੇਕਿਨ ਕੋਈ ਨਹੀਂ ਜੱਟਾ ਲੈ ਕੇ ਜਾਵਾਂਗੇ ਉਹ ਮਰ ਗਿਆ ਉਹ ਤੇਰੀ ਭਾਰੀ ਬਹੁਤ ਆ ਓਏ ਰੁਕ ਜਾ ਮੈਨੂੰ ਇਹਦਾ ਇਲਾਜ ਕਰਨ ਦਾ ਬੜਾ ਔਖਾ ਛੱਡ ਕੇ ਆਇਆ ਉਹ ਰੱਖ ਕੇ ਆਇਆ ਛਾਫੜ ਚੱਕੀਆਂ ਅਤੇ ਨਿਕਲ ਗਈਆਂ ਛਾਫੜ ਭਾਰੀ ਬਹੁਤ ਆ ਚੱਲ ਕੁਛ ਤਾਂ ਕਰਦੇ ਉਹ ਭਾਈ ਤਾਲਾ ਲੱਗ ਗਿਆ ਛਾਫੜ ਲੱਗ ਚੱਲ ਗਿਆ